हाँ जी, तो फौजिया आज क्या बना रही हो? आज फौजिया बना रही है बिरयानी। और ये बिरयानी बनाना सिखाएगी फौजिया? पहले हाँ जी, पहले फौजिया ने कपड़े धोए थे, मशीन लगाई थी कपड़े धोने वाली, तो अब ये हाँ जी। तो फौजिया प्याज ब्राउन कर रही है, मसाला भी ग्राइंड कर लिया, प्याज ब्राउन कर रही है, तो गोश्त भी चिकन भी धो दिया। कितनी देर लगेगी फौजी? थोड़ी देर लगेगी, सुबह भी मुल खाधी, लेट उठे हाँ, लेट उठे हैं 10 बजे ते मुल कर दी। किन्ने ग्राम दी प्याज? प्याज बस थोड़ी होर दो, सुबह तो बच्चों ने स्कूल भी लग जाना जी। ते हुन चावल पा देने विच? चावल ले लेंगे तुसीं देख जाओ, बच्चों ने स्कूल भी लग जाना। ईदियां छुट्टियां खत्म हो गई, सुबह बच्चों ने स्कूल चले जाना। ਉਹਦੀ ਇੰਝ ਭਾਵੇਂ ਪਤੀਲੇ 'ਚੋਂ ਅੱਗ ਨਿਕਲ ਹੈ, ਉਹ ਵੇ ਸਾਈਡਾਂ ਤੋਂ ਲੱਗੀ, ਚੁੱਲ੍ਹਾ ਤੇਜ਼ ਮਜ਼ਾ। ਇੰਝ ਪਾਣੀ ਪਾਓ, ਚੁੱਲ੍ਹਾ ਆਸਤਾ ਕਰ ਦੇਣਾ ਚਾਹੀਦਾ। ਦੇਖੋ ਪਿਆਜ਼ ਬਰਾਉਨ ਹੋ ਗਿਆ, ਮਸਾਲਾ मसाला भी बटाउन कर फ्राई नहीं करना। फौजिया भी किसी दिन जेडे भी देखते पे जो टाइम लगा बिरयानी खा के देखियो, बहुत मजेदार बिरयानी, कुक का काम बहुत अच्छा कर दे। ਤੁਸੀਂ ਕਿਹਦੇ ਕੋਲ ਸਿੱਖਿਆ ਜੀ ਬੋਲ ਜੀ? ਮਜ਼ਾ ਵੈਸੇ ਵੀ ਬੁੱਕ ਕੇ ਆ ਗਿਆ, ਖਾਣੀ ਤਾਂ ਬਹੁਤ, ਕਦੀ ਕੋਈ ਚੀਜ਼ ਖਾ ਲਈ, ਖਾਣ ਵੱਲੋਂ ਤਾਂ ਤੇਰਾ ਹੱਥ ਹੀ ਨਹੀਂ ਡੱਕਦੇ ਹੈ। ਰੰਗਾ ਤਾਂ ਬਹੁਤ ਅੱਛੀ ਹੈ ਪਿਆਜ਼ਾਂ ਦੀ। आज ही साडा छोटा बेटा राजा, क्रिकेट तो छोटा है सैमन, राजा किन्नवी च पढ़ता? नौवीं अठवीं? अठवीं जमात च पढ़ते हैं। किन्ना मसाला पाया? ਅੱਜ ਦਹੀਂ ਨਹੀਂ ਮਿਲਿਆ? ਦਸ ਕੇ ਪਾਇਆ। ਚਾਵਲ ਕਿੰਨੇ ਨੇ? ਡੇਢ ਚਮਚ ਨਮਕ ਦਾ, ਨਹੀਂ ਆਪਣੇ ਮੁਤਾਬਕ
ਕਈ ਨਮਕ ਤੇਜ਼ ਖਾਂਦੇ ਕਈ ਹਲਕਾ ਖਾਂਦੇ ਲੈਤਾ ਵੀ ਇਹ ਬਣ ਚਿਕਨ ਪਾ ਦਿੱਤਾ ਜੀ ਵਿੱਚ ਚਾਵਲ ਬਾਅਦ ਚ ਮੈਨੂੰ ਲੱਗਦਾ ਮੈਂ ਆਂਡੀਆਂ ਬਣਾਉਣੀਆਂ ਸਿੱਖ ਜਾਣੀਆਂ ਉਹਦੀਆਂ ਗਰਮੀ ਬੋਲ ਮੈਨੂੰ ਲੱਗਦੀ ਮੈਂ ਕਿਹਾ ਗਰਮੀ ਬਹੁਤ ਮੈਨੂੰ ਲੱਗਦੀ ਪੱਖਾ ਲੱਗਾ ਜੀ ਉੱਪਰ ਚੁੱਲ੍ਹਾ ਫੌਜ਼ੀਆ ਚਾਵਲ ਡਾਲਣ ਲੱਗੀ ਆ ਆਪ ਤੇ ਫੌਜ਼ੀਆ ਉਹਨੇ ਦਮ ਲਾ ਦੇਣਾ ਅੱਛਾ ਪਾਣੀ ਸੁੱਕ ਮੈਂ ਕਿਹੜਾ ਆਂਡੀਆਂ ਬਣਾਉਂਦਾ ਰਹਿੰਦਾ ਮੈਨੂੰ ਨਹੀਂ ਨਾ ਇੰਨਾ ਪਤਾ ਹੈ ਹਾਂਜੀ ਤੋ ਇਹ ਦੇਖੋ ਅਬ ਹਮ ਪੱਕ ਗਏ ਹੈ ਚਾਵਲ ਐਸੀ ਪਲੇਟ ਫੜੋ ਰੰਗਤ ਫੌਜੀ ਆ ਬਹੁਤ ਅੱਛੀ ਮੈਨੂੰ ਤਾਂ ਪਾਪਾ ਜੀ ਲੱਗਦੇ ਨੇ ਦਿਖਾ ਇੱਧਰ ਕੌਣ ਓਕੇ ਬਾਏ ਬੋਦੀ ਹੈਲੋ ਕਰੋ ਬਾਏ ਖਾਣਾ ਖਾਣ ਲੱਗੇ ਹੈ।